ਲੈ ਬਾਈ ਜੂੜਾ ਬਾਰਸਾ ਸਟੂਡੀਓ ਵਾਲੇ ਨੇ ਟੱਟੀ ਰੰਗ ਦੀ ਕਾਰ ਖੜੀ ਕੀਤੀ ਆ ਲੈ ਬਾਈ ਕਹਿੰਦੇ ਬਾਲਟੀ 'ਚ ਬੌਲਾ ਪਾਓ ਤੇ ਮੱਛੀ ਲੈ ਜਾਓ ਆ ਕੇ ਪਤਾ ਕੀ ਕਰਨਾ ਉਹਨਾਂ दिलजीत दोसांझ लैन गए झूंटे लेकिन डर गए। जी हाँ, एम्यूजमेंट पार्क दे विच दिलजीत दोसांझ नूं मस्ती करदे वेख्या गया। कई गेम्स खेडियां, कई गिफ्ट्स भी मिल गए, लेकिन की करिए जब रोलर कोस्टर ते जान दी वारी आई तां दिलजीत पिछे हट गए। वेखो की कुछ होया एम्यूजमेंट पार्क दे विच। आए हाए ओए होए बदबदी ला भाई जूड़ा बारसा स्टूडियो वाले ने टटी रंग दी कार खड़ी कीती आ ते कां इथे मुंह राही झिग गड़ियां दा कमाल हो गया। रौनक बाबे पूरी लगी आ। ਲੈ ਬਈ ਹੱਥ ਆ ਗਈ ਆ ਸਟੇਨ ਗਨ ਡਿਸ਼ਕੀਆਂ ਤੇ ਡਿਸ਼ਕੀਆਂ ਫੱਕੀਆਂ ਉਡਾਤੀਆਂ ਫੌਜੀ ਵੀਰ ਨੂੰ। ਆ ਮੈਨੂੰ ਨਾਮ ਮਿਲ ਗਿਆ, ਨਾਮ ਅਸੀਂ ਪੁੱਟਾ ਮੱਟੀ ਪੀ ਜਾਂਗੇ। ਲੈ ਬਈ ਜੱਟ ਦਾ ਨਿਸ਼ਾਨਾ ਪੱਕਾ ਐਟ ਵਰਗਾ, ਆ ਸ਼ਲੋ ਨਾ ਮਾਰੋ ਦੱਬ ਕੇ ਮਾਰੋ। ਲੈ ਬਈ ਮੈਂ ਜਿੱਤ ਗਿਆ ਡੋਨਟ ਟਰੰਪ ਤੇ ਮੈਂ ਖਾ ਜਾਂਗਾ ਇਹਨੂੰ। ਆ ਦੇਖ ਲਾ ਨਿਸ਼ਾਨਾ ਮੈਂ ਦੱਸੀ ਜਾਂਦਾ। ਆ ਮੈਂ ਕਿਹਾ ਚੱਲ ਕਾਕਾ ਤੂੰ ਵੀ ਖੇਡ ਪੁੱਤਰਾ, ਚੱਲ ਮੇਰਾ ਪੁੱਤਰ ਨਿਕਲ। ਲੈ ਬਈ ਕਹਿੰਦੇ ਬਾਲਟੀ 'ਚ ਬੌਲਾ ਪਾਓ ਤੇ ਮੱਛੀ ਲੈ ਜਾਓ, ਮੈਂ ਮੱਛੀ ਨੂੰ ਫਰਾਈ ਕਰਕੇ ਖਾਵਾਂਗਾ। ਹੱਥਾਂ ਦੀ ਭਾਈ ਨੂੰ ਆ ਕੀ ਹੈ, ਆ ਤੇ ਬਹੁਤ ਖਤਰਨਾਕ ਝੂਲਾ ਏ, ਇਹ ਤਾਂ ਬੰਦਾ ਪੁੱਠਾ ਸਿੱਧਾ ਕਰਦਾ। ਮੈਂ ਕਿਹਾ ਕੰਗ ਸਾਹਿਬ ਪੱਗ ਕੱਸ ਲਓ, ਕਦੇ ਉਹੀ ਕੰਮ ਨਾ ਹੋਵੇ, ਆ ਪੱਗ ਮੈਂ ਕੱਸਤੀ ਆ। ਲੈ ਬਈ ਕੰਗ ਸਾਹਿਬ ਤਿਆਰ ਬਰ ਤਿਆਰ, ਮਾਰਦੇ ਪੱਟਾ ਦੇ ਹੱਲ। ਆ ਚਲੋ ਬਈ ਟਾਟਾ ਬਾਏ, ਛੋਟਾ ਨਿਕਲੋ ਨਿਕਲੋ, ਨਾ ਨਾ ਈਜੇ ਨਹੀਂ ਜਾਊਗਾ, ਈਜੇ ਸਾਡੇ ਨਾਲ ਰਹੂਗਾ। ਪੈਸੇ ਦੇ ਕੇ ਤਕਲੀਫ 'ਚ ਆਉਣ ਵਾਲਾ ਕੰਮ ਆ, ਮਤਲਬ ਪੈਸੇ ਦੇ ਕੇ ਤਕਲੀਫ 'ਚ ਆਓ, ਆ ਕੇ ਪਤਾ ਕੀ ਕਰਨਾ ਉਹਨੂੰ। ਪਤਾ ਉਦੋਂ ਲੱਗਾ ਚੰਗੇ ਭਲੇ ਬੰਦੇ ਦੀ ਟੱਟੀ ਕੱਢਦੇ। ਓਕੇ ਆਈ ਨੀਡ ਅ ਵਾਟਰ ਬ੍ਰੇਕ, ਨੈਕਸਟ ਰੀਲਸ ਮਿਲਦੇ ਆ, ਪਾਰਟ 2 ਕਮਿੰਗ ਸੂਨ।